ਅਰਸ਼ੋਕ ਸਿੰਘ ਜੀ AI ਦੇ ਐਕਸਪਰਟ ਨੇ ਕਹਿਤਾ ਵੀ ਆਉਣ ਵਾਲੇ 25 ਸਾਲਾਂ ਬਾਅਦ ਚੀਜ਼ਾਂ ਦੋਹੀ ਸਸਤੀਆਂ ਹੋ ਜਾਣਗੀਆਂ ਤੁਹਾਨੂੰ ਜਿਹੜੀ ਕਮਾਈ ਹੈਗੀ ਆ ਕਮਾਈ ਵੱਧ ਲੱਗਿਆ ਕਰੋ ਚੀਜ਼ਾਂ ਬੜੀਆਂ ਸਸਤੀਆਂ ਲੱਗਿਆ ਕਰਨੀਆਂ ਇਹ AI ਵਾਲੇ ਨੇ ਜਿਹੜਾ ਜੁਮਲਾ ਜਿਹਾ ਕੀਤਾ ਕਿ ਤੇ ਐਵੇਂ ਤਾਂ ਨਹੀਂ ਲੋਕਾਂ ਨੂੰ ਬੱਸ ਜਿਹੜੀਆਂ jobbਾਂ-ਜੁਬਾਂ ਜਾਂਦੀਆਂ ਇਹਨਾਂ ਨੂੰ ਟਿਕਾਉਣ ਦੇ ਕਰਕੇ ਵੀ ਕੋਈ ਨਾ ਹੌਸਲਾ ਹੌਸਲਾ ਰੱਖੋ ਆਉਣ ਵਾਲੇ ਟਾਈਮ ਵਿੱਚ AI ਦਾ ਹੀ ਫਾਇਦਾ ਹੋਣਾ ਹਾਂਜੀ ਬ੍ਰਾਡਰ ਸਾਹਿਬ ਓਪਨ AI ਦੇ ਇੱਕ ਇਨਵੈਸਟਰ ਨੇ ਬਹੁਤ ਵੱਡੀ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੈਸਿਵ ਡਿਫਲੇਸ਼ਨ ਹੋਏਗਾ ਨੈਕਸਟ 25 ইয়ারਸ ਦੇ ਵਿੱਚ ਜਸਟ ਬਿਕਾਸ ਆਫ AI ਚੀਜ਼ਾਂ ਤੁਹਾਨੂੰ ਬਹੁਤ ਸਸਤੀਆਂ ਲੱਗਣ ਲੱਗ ਜਾਣਗੀਆਂ ਇਹ ਸਟੇਟਮੈਂਟ ਓਪਨ AI ਦੇ ਪਹਿਲੇ ਇਨਵੈਸਟਰਸ ਦੇ ਵਿੱਚੋਂ ਇੱਕ ਵਿਨੋਦ ਖੋਸਲਾ ਹੋਰਾਂਦੀ ਹੈ ਆ ਵਿਨੋਦ ਖੋਸਲਾ ਨੇ ਜਿਹੜੇ ਇਹ ਇੰਡੀਅਨ ਅਮਰੀਕਨ ਨੇ ਅਮਰੀਕਾ ਦੇ ਵਿੱਚ ਹੀ ਰਹਿੰਦੇ ਨੇ ਜੰਮੇ ਪਲੇ ਇਹ ਇੰਡੀਆ ਦੇ ਨਿਊ ਡੈਲੀ ਦੇ ਹੈ ਪੰਜਾਬੀ ਪਰਿਵਾਰ ਦੇ ਨਾਲ ਇਹਨਾਂ ਦਾ ਸਬੰਧ ਹੈ ਪਰ ਇਹ ਮਲਟੀ ਬਿਲੀਅਨਰ ਪਰਸਨ ਹੈ ਸੋ ਇਹਨਾਂ ਨੇ 50 ਮਿਲੀਅਨ ਯੂ ਐਸ ਡਾਲਰ ਦੀ ਜਿਹੜੀ ਇਨਵੈਸਟਮੈਂਟ ਕੀਤੀ ਸੀ ਫਾਰ ਸ਼ੇਪਿੰਗ ਦਾ ਫਿਊਚਰ ਆਫ ਏ ਆਈ ਇਨ ਦਾ ਇਕਨੋਮੀ ਫੀਲਡ ਵਿਨੋਦ ਖੋਸਲਾ ਹੋਰੀ ਪਿਵੋਟਲ ਫਿਗਰ ਨੇ ਓਪਨ ਏ ਆਈ ਦੀ अर्ਲੀ ਸਕਸੈਸ ਦੇ ਵਿੱਚ ਇਹ ਤਾਂ ਹੋ ਗਿਆ ਉਹਨਾਂ ਦੇ ਬਾਰੇ ਜ਼ਿਕਰ ਹੁਣ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ AI ਦੇ ਕਰਕੇ ਇੱਕ ਸਿਸਮਿਕ ਸ਼ਿਫਟ ਹੋਏਗੀ ਗਲੋਬਲ ਇਕਨੋਮੀ ਦੇ ਵਿੱਚ ਬਹੁਤ ਵੱਡੀ ਇਕਨੋਮਿਕ ਗਰੋਥ ਹੋ ਜਾਣੀ ਹੈ ਜਿਵੇਂ ਜਿਵੇਂ ਲੋਕਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਦੇ ਜਾਣਾ ਇਹਨਾਂ ਨੇ ਆਪਣੇ ਆਊਟਲੁੱਕ ਦਾ ਇੱਕ ਹਿੱਸਾ AI ਦੀ ਇਕਨੋਮਿਕ ਇੰਪੈਕਟ ਬਾਰੇ X ਦੇ ਉੱਤੇ ਵੀ ਸਾਂਝਾ ਕੀਤਾ ਹੈ ਰੀਸੈਂਟਲੀ ਉਹਨਾਂ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਸੀ ਉਦੋਂ ਵੀ ਉਹਨਾਂ ਨੇ AI ਦੇ ਬਹੁਤ ਸੋਲੇ ਗਏ ਸੀਗੇ ਉਹ ਇੱਥੇ ਆਏ ਸੀਗੇ ਫੋਰਚੂਨ ਬ੍ਰੇਨਸਟੋਰਮ AI ਕਾਨਫਰੰਸ ਦੇ ਵਿੱਚ ਉਹਨਾਂ ਦਾ ਮੰਨਣਾ ਇਹ ਅਬਰਾਹਮ ਸਾਹਿਬ ਕਿ ਨੈਕਸਟ ਕੁਆਟਰ ਆਫ ਸੈਂਚਰੀ ਦੇ ਵਿੱਚ AI ਦਾ ਵੱਡਾ ਇੰਪੈਕਟ ਗੂਡਸ ਐਂਡ ਸਰਵਿਸਸਸ ਦੇ ਉੱਤੇ ਪੈਣਾ ਇਹਦੇ ਨਾਲ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਰਪਲਸ ਹੋ ਜਾਣੀਆਂ ਹਰ ਇੱਕ ਬੰਦੇ ਦੀ ਪਹੁੰਚ ਦੇ ਵਿੱਚ ਇੰਨੀਆਂ ਕਾ ਜਾਣੀਆਂ ਕਿ ਬੰਦੇ ਨੂੰ ਇਹ ਚੀਜ਼ਾਂ ਬਹੁਤ ਸਸਤੀਆਂ ਲੱਗਣ ਲੱਗ ਪੈਣੀਆਂ ਇੱਕ ਗੱਲ ਉਹਨਾਂ ਨੇ ਹੋਰ ਕਹੀ ਕਹਿੰਦੇ ਅੱਜ ਦੀ ਟਾਈਮ ਤੇ ਆਪਾਂ ਜੀਡੀਪੀ ਨੂੰ ਬਹੁਤ ਮਹੱਤਤਾ ਦਿੰਦੇ ਆ ਬਹੁਤ ਇੰਪੋਰਟੈਂਸ ਦਿੰਦੇ ਆ ਇੱਕ ਦੇਸ਼ ਦੀ ਸਕਸੈਸ ਮਾਪਨ ਦੇ ਵਿੱਚ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਹਿੰਦੇ ਕਿ AI ਨੇ ਇੰਨਾ ਕੁ ਕੰਮ ਇਹ ਠੀਕ ਕਰ ਦੇਣਾ ਕਿ ਜੀਡੀਪੀ ਤੇ ਇਕਨੋਮੀ ਜਿਹੜੀ ਇਹਨਾਂ ਦਾ ਰੈਲੇਵੈਂਸ ਬਹੁਤ ਜ਼ਿਆਦਾ ਘਟ ਜਾਣਾ ਆਪਸ ਦੇ ਵਿੱਚ ਆਮ ਵਰਤੋਂ ਦੀਆਂ ਚੀਜ਼ਾਂ ਵੁੱਡ ਬੀ ਇਨ ਗ੍ਰੇਟ ਅਬੰਡੈਂਸ ਦੇਖੋ ਜੀ ਗੱਲਾਂ ਤਾਂ ਤੁਸੀਂ ਬਹੁਤ ਸੋਹਣੀਆਂ ਕੀਤੀਆਂ ਵੀ ਇਹ ਹੋ ਜਾਣਾ ਫਲਾਨਾ ਹੋ ਜਾਣਾ ਤੇ ਕੁਝ ਕੁ ਦਿਨਾਂ ਦੀ ਆਪਾਂ ਜਿਹੜੀਆਂ ਖਬਰਾਂ ਜਾਂ ਕਰੀ ਜਾਂਦੇ ਵੀ ਇੰਨੇ ਬੰਦੇ AI ਕਰਕੇ ਕੱਢਤੇ Google ਨੇ ਵੀ ਕੱਢਤੇ ਤੇ ਜੇ ਬੰਦਿਆਂ ਕੋਲੇ ਨੌਕਰੀ ਨਾ ਹੋਊ ਜਾਂ ਕੋਈ ਕੰਮ ਧੰਦਾ ਨਾ ਹੋਊ ਤਾਂ ਕਿੱਥੋਂ ਚੀਜ਼ਾਂ ਖਰੀਦ ਲੂ ਪੈਸੇ ਹੀ ਨਾ ਹੋਣਗੇ ਨਾਲੇ ਆਪਾਂ ਪਹਿਲਾਂ ਵੀ ਇਹ ਜ਼ਿਕਰ ਕੀਤਾ ਵੀ ਜ਼ਿਆਦਾਤਰ ਜਿਹੜਾ ਹੈਗਾ ਕੰਮ ਮਸ਼ੀਨੀ ਹੋ ਜਾਣਾ ਜਿੱਥੇ ਕੋਈ ਰੈਸਟੋਰੈਂਟ 'ਚ ਕੰਮ ਕਰਦਾ ਤਾਂ ਉੱਥੇ ਰਬੋਟ ਰੱਖਿਆ ਗਿਆ ਤਾਂ ਫਿਰ ਉੱਥੇ ਬੰਦਾ ਨਹੀਂ ਹੋਣਾਗਾ ਇਹਦਾ ਵੱਡੇ ਘਰਾਣਿਆਂ ਨੂੰ ਜ਼ਿਆਦਾ ਫਾਇਦਾ ਹੋ ਸਕਦਾ ਛੋਟਿਆਂ ਨੂੰ ਮੈਨੂੰ ਦੱਸੋ ਵੀ ਜਿਹੜੇ ਮੀਡੀਅਮ ਬੰਦੇ ਹੈਗੇ ਆ ਉਹਨਾਂ ਨੂੰ ਨੌਕਰੀਆਂ ਨਾ ਕਰੀਆਂ ਦਾ ਕੀ ਸਿਸਟਮ ਆ ਜਾਂ ਫਿਰ ਉਹ ਕੋਈ ਆਪ ਦੇ ਆਪ ਨੂੰ ਅਪਡੇਟ ਕਰ ਲੈਣਗੇ ਹਾਂਜੀ ਬ੍ਰਾਡਸ ਮੈਨੂੰ ਲੱਗਦਾ ਕਿ ਇਸੇ ਸਵਾਲ ਦੇ ਉੱਤੇ ਇਹਨਾਂ ਨੇ ਜਵਾਬ ਦਿੱਤਾ ਇਹ ਹੀ ਇਹਨਾਂ ਤੋਂ ਪੁੱਛਿਆ ਗਿਆ ਸੀ ਕਿ ਲੋਕਾਂ ਨੂੰ ਲਗਾਤਾਰ ਫਾਰਗ ਕੀਤਾ ਜਾ ਰਿਹਾ ਵੱਡੀਆਂ-ਵੱਡੀਆਂ ਕੰਪਨੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੇਆਫਸ ਕਰ ਰਹੀਆਂ ਨੇ ਤੇ AI ਤੋਂ ਡਰਨਾ ਕਿਉਂ ਨਹੀਂ ਚਾਹੀਦਾ ਸੋ ਇਹਦੇ ਆਨਸਰ ਦੇ ਵਿੱਚ ਇਹਨਾਂ ਨੇ ਇਹ ਲੰਮੀ ਚੌੜੀ ਸਟੇਟਮੈਂਟ ਦਿੱਤੀ ਹੈ ਆ ਗੱਲਾਂ ਸਮਝ ਤੋਂ ਪਰੇ ਨੇ ਜਾਂ ਤਾਂ ਫਿਰ ਇਸ ਤਰ੍ਹਾਂ ਕਿ ਹਰ ਇੱਕ ਬੰਦਾ AI ਸਿੱਖ ਲਊਗਾ ਤੇ ਉਹਨੂੰ ਵੈਲਥ ਜਨਰੇਟ ਕਰਨੀ ਆ ਜਾਊਗੀ ਪਰ 25 ਸਾਲਾਂ ਦੇ ਵਿੱਚ ਇਹ ਸਮਝ ਤੋਂ ਪਰੇ ਐ ਕਿ ਜੇ ਕੋਈ ਬੰਦਾ ਅੱਜ ਫਾਰਗ ਹੋ ਗਿਆ ਅੱਜ ਫ੍ਰੀ ਹੋ ਗਿਆ ਉਹਨੂੰ ਇਹ ਨਹੀਂ ਪਤਾ ਕਿ ਮੇਰੀ ਰਾਤ ਦੀ ਰੋਟੀ ਦਾ ਇੰਤਜ਼ਾਮ ਕਿਵੇਂ ਹੋਣਾ ਹੈ ਖਾਸ ਕਰਕੇ ਜਿਹੜੇ ਬਹੁਤ ਮਹਿੰਗੇ ਮੁਲਕ ਨੇ ਜਿੱਥੇ ਮੌਰਗੇਜ ਕੱਢਣੀ ਬੜੀ ਔਖੀ ਆ ਘਰਾਂ ਦੀਆਂ ਕਿਸ਼ਤਾਂ ਦੇਣੀਆਂ ਜਾਂ ਆਪਣੇ ਖਾਣ ਪੀਣ ਦਾ ਸਮਾਨ ਲੈਣਾ ਬਿਨਾ ਜੌਬ ਤੋਂ ਔਖਾ ਹੋ ਜਾਂਦਾ ਹੈ ਤੋ ਪਤਾ ਨਹੀਂ ਉਹਨਾਂ ਨੇ ਇਹ ਆਨਸਰ ਕਿਉਂ ਦਿੱਤਾ ਇਹਦੇ ਵਿੱਚ ਹੀ ਬਰਾੜ ਸਾਹਿਬ ਉਹਨਾਂ ਨੇ ਇਹ ਵੀ ਐਡ ਕਰ ਦਿੱਤਾ ਕਿ 25 ਸਾਲਾਂ ਦੇ ਵਿੱਚ ਇਹ ਜਿਹੜੀ ਆਪਣੀ ਅਰਥਾ ਆਪਣਾ ਜਿਹੜਾ ਵਰਲਡ ਹੈ ਜਿੱਥੇ ਆਪਾਂ ਰਹਿੰਦੇ ਆ ਇਹ ਟੋਟਲੀ ਪਾਵਰਟੀ ਫ੍ਰੀ ਹੋ ਜਾਊਗਾ ਪਰ ਕਿਵੇਂ ਹੋਊਗਾ ਇਹਦੇ ਬਾਰੇ ਕੋਈ ਮਾਡਲ ਜਾਂ ਕੋਈ ਗੱਲਬਾਤ ਜਾਂ ਕੋਈ ਹਿੰਟ ਨਹੀਂ ਸਾਂਝਾ ਕੀਤਾ ਇਹਦਾ ਹਿੰਟ ਜੀ ਮੈਨੂੰ ਤਾਂ ਐ ਲੱਗ ਹੀ ਜਾਂਦਾ ਵੀ ਜਦੋਂ ਲੋਕ ਹੀ ਨਾ ਰਹਿ ਤਾਂ ਪਾਵਰਟੀ ਫ੍ਰੀ ਤਾਂ ਆਪਣੇ ਆਪ ਹੀ ਹੋ ਜਾਣਾ ਲੋਕਾਂ ਨੂੰ ਰੋਟੀ ਨਾ ਮਿਲੀ ਤਾਂ ਇੱਕ ਨੇ ਕਿਸੇ ਨੇ ਝੇੜ ਜੇ ਚ ਕੋਈ ਸਕੈਟ ਜਾ ਵੀ ਬਣਾਇਆ ਸੀਗਾ ਵੀ ਇੰਨਾ ਗੂਗਲ ਗੂਗਲ ਕਰੀ ਜੰਨੇ ਤੇ ਰੋਟੀ ਵੀ ਗੂਗਲ ਤੋਂ ਰੱਖ ਕੇ ਖਾ ਲਿਆ ਕਰੋਗਾ ਤੇ ਕੀ ਹੋ ਜੂ ਦੇਖੋ ਇਹ ਪ੍ਰੈਕਟੀਕਲ ਗੱਲਾਂ ਜੀਆਂ ਨਹੀਂ ਲੱਗਦੀਆਂ ਵੀ 25 ਸਾਲਾਂ ਬਾਅਦ ਇਹ ਹੋ ਜੂ ਫਲਾਨਾ ਹੋ ਜੂ AI ਬਣਾਈ ਕਾਦੇ ਵਾਸਤੇ ਹੋਣੀ ਆ ਲੋਕਾਂ ਵਾਸਤੇ ਹੋਣੀ ਆ ਜੇ ਸਾਰੇ ਲੋਕ ਹੀ ਫ੍ਰੀ ਬੈਠ ਕੇ ਖਾਣ ਲੱਗ ਗਏ ਸਸਤੀਆਂ ਹੋਗੀਆਂ ਚੀਜ਼ਾਂ ਤੇ ਲੋਕਾਂ ਨੇ ਇੰਨਾ ਕਿੰਨਾ ਕੰਮ ਘੱਟ ਕੀਤਾ ਤੇ ਫਿਰ ਲੋਕਾਂ ਦੇ ਵਿੱਚ ਉਹ ਜੀਆਂ ਦੁੱਖ ਤਕਲੀਫਾਂ ਵੀ ਵੱਜ ਜਾਣੀਆਂ ਸਾਰਾ ਚੀਜ਼ਾਂ ਹੋ ਜਾਣੀਆਂ ਸੋ ਇਹ ਵੀ ਹੋ ਸਕਦਾ ਵੀ ਬੰਦੇ ਨੇ ਚਲਾ ਆਖਿਆ ਨਾ ਵੀ ਸਰਕਾਰਾਂ ਪਿੱਛੇ ਪਈ ਜਾਂਦੀਆਂ ਲੋਕ ਪਿੱਛੇ ਪੈਂਦੇ ਆ ਕਹੜਾ ਛੜਾਉਣ ਵਾਸਤੇ ਚਾਰ ਪੰਪ ਹੋਰ ਮਾਰ ਦੋ ਬਿਲਕੁਲ ਬ੍ਰਾਡ ਸਾਬ ਪਰ ਇਹ ਨਹੀਂ ਸਮਝ ਲੱਗੀ ਕਿ ਅਜੇ ਵੀ ਵੈਲਥ ਜਨਰੇਟ ਕਿਵੇਂ ਹੋਊਗੀ ਲੋਕ ਕਿਉਂਕਿ ਸਾਰੀ ਦੁਨੀਆ ਜੇ AI ਯੂਜ਼ ਕਰਨ ਲੱਗ ਪਈ ਆਪਾਂ ਇਹ ਤਾਂ ਮੰਨ ਲਿਆ ਕਿ ਇੱਕ ਬੰਦਾ AI ਤੋਂ ਕੋਈ ਉਹਦਾ ਯੂਜ਼ ਲੈ ਕੇ ਕੋਈ ਸਰਵਿਸ ਬਣਾ ਰਿਹਾ ਪਰ ਜੇ ਸਾਹਮਣੇ ਵਾਲਾ ਵੀ AI ਯੂਜ਼ ਕਰ ਰਿਹਾ ਉਹ ਆਪਣੀ ਸਰਵਿਸ ਕਿਉਂ ਖਰੀਦੂਗਾ ਜਿਵੇਂ ਉਹਨਾਂ ਨੇ ਕਿਹਾ ਕਿ ਹਰ ਇੱਕ ਬੰਦੇ ਤੱਕ AI ਦੀ ਪਹੁੰਚ ਹੋ ਜੂਗੀ AI ਦੀ ਪਹੁੰਚ ਤਾਂ ਹਰ ਬੰਦੇ ਤੱਕ ਹੋ ਜੂਗੀ ਪਰ ਜਿਹੜੇ ਉਹ ਪ੍ਰੋਡਕਟ ਬਣਾਊਗਾ ਜਿਹੜੀ ਉਹ ਸਰਵਿਸ ਡਿਜ਼ਾਈਨ ਕਰ ਰਿਹਾ ਉਹਨੂੰ ਲੈਣ ਵਾਲਾ ਉਤੋਂ ਕਿਉਂ ਖਰੀਦੇਗਾ ਕਿਉਂਕਿ ਉਹਦੇ ਕੋਲ ਤਾਂ ਆਪਣੇ ਕੋਲ AI ਹੋਊਗਾ ਸੋ ਗੱਲਾਂ ਬਿਲਕੁਲ ਤੁਹਾਡੀਆਂ ਜਾਇਜ਼ ਨੇ ਸਵਾਲ ਤੁਹਾਡੇ ਜਾਇਜ਼ ਨੇ ਕਿ 25 ਸਾਲਾਂ ਤੱਕ AI ਤਾਂ ਪਰ ਪੂਰੀ ਦੁਨੀਆ ਤੇ ਸ਼ਾ ਜਾਊਗਾ ਪਰ ਫਿਰ ਉਹਦਾ ਯੂਜ਼ ਕਿਵੇਂ ਕਰਨਗੇ ਉਹ ਵੈਲਥ ਕਿਦਾਂ ਜਨਰੇਟ ਕਰਕੇ ਦੇਊਗਾ ਗੱਲ ਸਾਰੀ ਕੁਐਸਚਨ ਮਾਰਕ ਦੇ ਵਿੱਚ ਹੈ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦੀ ਇਸ ਸਟੇਟਮੈਂਟ ਦੀ ਚਰਚਾ ਵੀ ਕੀਤੀ ਹੈ ਤੇ ਚਰਚਾ ਕਰਨੀ ਬੰਦੀ ਵੀ ਹੈ ਕਿ ਕਿਵੇਂ ਇਹ ਜਿਹੜਾ ਮਾਡਲ ਦੱਸਦੇ ਨੇ ਉਹਦੇ ਵਿੱਚ ਕੋਈ ਇਹ ਵੀ ਦੱਸਣਾ ਕਿ ਵੈਲਥ ਆਊਗੀ ਕਿੱਥੋਂ ਇਹ ਤਾਂ ਹੈ ਨਹੀਂ ਕਿ ਆਪਾਂ ਪ੍ਰੋਡਕਟ ਬਣਾ ਰਹੇ ਆਂ ਤੇ ਕਿਸੇ ਹੋਰ ਗ੍ਰਹਿ ਦੇ ਬੰਦੇ ਜਾਂ ਏਲੀਨ ਆ ਕੇ ਆਪਣੇ ਤੋਂ ਚੀਜ਼ਾਂ ਲੈਣਗੇ ਜਾਂ ਆਪਣੀ ਬਣਾਏ ਹੋਏ ਪ੍ਰੋਡਕਟ ਸਰਵਿਸਸ ਯੂਜ਼ ਕਰਨਗੇ ਖੈਰ ਲੰਮਾ ਸਮਾਂ ਇੱਕ ਵਾਰੀ ਤਾਂ ਇਹੀ ਜਾਪਦਾ ਕਿ AI ਜਿਵੇਂ ਜੌਬਸ ਖਾ ਰਿਹਾ ਹੁਣ ਲੋਕਾਂ ਨੂੰ ਸ਼ਾਂਤ ਕਰਨ ਦੇ ਲਈ ਇਹੋ ਜਿਹੀ ਸਟੇਟਮੈਂਟ ਦਿੱਤੀ ਗਈ ਹੋਵੇ ਜੀ